ਸ਼ਹਿਰ ਬਾਗਾ ਪੁਰਾਣਾ ਦੇ ਵਿਚ ਦਿਨ ਬ ਦਿਨ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ। ਇਸੇ ਤਹਿਤ ਹੀ ਅੱਜ ਸ਼ਹਿਰ ਦੇ ਮੁਦਕੀ ਰੋਡ ਦੇ ਉੱਤੇ ਸਥਿਤ ਪੰਜਾਬ ਫੀਡ ਫੈਕਟਰੀ ਦੇ ਵਿਚ ਚੋਰੀ ਹੋਣ ਦਾ ਸਮਾਚਾਰ ਮਿਲਿਆ, ਜਿੱਥੇ ਚੋਰਾਂ ਦੇ ਵੱਲੋਂ ਸਵੇਰ ਦੇ ਕਰੀਬ 3 ਵਜੇ ਫੈਕਟਰੀ ਦੇ ਸ਼ੀਸ਼ੇ ਭੰਨ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਫੈਕਟਰੀ ਮਾਲਕ ਤਨੂ ਗੋਇਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਦੇ ਵਿਚੋਂ 200 ਰੁਪਏ ਦੇ ਕਰੀਬ ਭਾਨ ਚੋਰੀ ਹੋਈ ਹੈ ਤੇ ਚੋਰ ਕੈਮਰਿਆਂ ਦਾ DVR ਆਪਣੇ ਨਾਲ ਲੈ ਗਏ। ਥਾਣਾ ਮੁਖੀ ਮੁਖਤਿਆਰ ਸਿੰਘ ਗਿੱਲ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਦੇ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਤੇ ਜਲਦੀ ਤੋਂ ਜਲਦੀ ਚੋਰਾਂ ਨੂੰ ਟਰੇਸ ਕਰ ਲਿਆ ਜਾਵੇਗਾ। ਇੱਥੇ ਤੁਹਾਨੂੰ ਦੱਸ ਦਈਏ ਕਿ ਸ਼ਹਿਰ ਦੇ ਅੰਦਰ ਆਏ ਦਿਨ ਚੋਰੀਆਂ ਹੋ ਰਹੀਆਂ ਨੇ ਤੇ ਪੁਲਿਸ ਚੋਰੀਆਂ ਟਰੇਸ ਕਰਨ ਦੇ ਵਿਚ ਕਾਫੀ ਢਿੱਲੀ ਕਾਰਗੁਜ਼ਾਰੀ ਦਿਖਾ ਰਹੀ ਹੈ। ਸ਼ਹਿਰ ਦੇ ਅੰਦਰ ਰੋਜ਼ ਨਵੀਆਂ ਚੋਰੀਆਂ ਹੋ ਰਹੀਆਂ ਨੇ ਪਰ ਪੁਲਿਸ ਦੇ ਕੋਲੋਂ ਫਿਲਹਾਲ ਪੁਰਾਣੀਆਂ ਚੋਰੀਆਂ ਹੀ ਟਰੇਸ ਨਹੀਂ ਕੀਤੀਆਂ ਜਾ ਸਕੀਆਂ ਨੇ। ਤੁਹਾਨੂੰ ਗੋਇਲ ਉਹਦੇ ਕੁਝ ਇਹਦਾ ਕੁਝ ਖਾਸ ਨਹੀਂ, ਪੁਲਿਸ ਦੀ ਤਫਤੀਸ਼ ਚੱਲ ਰਹੀ ਹੈ। ਜਦੋਂ ਤੱਕ ਸਾਨੂੰ ਪਤਾ ਫੈਕਟਰੀ 'ਚ ਮਤਲਬ ਕੱਲ੍ਹ ਸੁਬਹਾ ਅੱਜ ਮਤਲਬ ਸੁਬਹਾ ਸੁਬਹਾ ਸਾਡਾ ਬੰਦਾ ਸਾਡੇ ਕੋਲ ਆਇਆ ਹੈਗਾ ਹੈ, ਉਹ ਦੱਸਣ ਅਨੁਸਾਰ ਹੈਗਾ ਵੀ ਉਹ ਰਾਤੀ ਮਤਲਬ ਸੌ ਰਿਹਾ ਸੀ 3:15, ਉਹ ਆਪਦੇ ਰੂਮ ਨੂੰ ਲੌਕ ਲਾ ਕੇ ਪਿਆ ਸੀਗਾ ਅਤੇ ਉਹਦੇ ਰੂਮ ਦੇ ਉਹਨੂੰ ਬਾਹਰੋਂ ਆਵਾਜ਼ ਸੁਣੀ ਆ, ਉਹਨੇ ਦਰਵਾਜ਼ਾ ਖੋਲ੍ਹਿਆ ਬਣਾ ਸੀ ਨਹੀਂ ਸਮਝਿਆ, ਬਾਅਦ ਸਾਨੂੰ ਦੱਸਿਆ ਵੀ ਬੰਦੇ ਆਏ ਆ, ਔਫਿਸ ਦਾ ਸ਼ੀਸ਼ਾ ਭੰਨਿਆ ਗਿਆ ਅਤੇ ਔਫਿਸ ਦੇ ਵਿੱਚ ਥੋੜ੍ਹਾ ਜਿਹਾ ਮਤਲਬ ਕਿ ਥੋੜ੍ਹੀ ਨਕਦੀ ਚੋਰੀ ਕੀਤੀ, ਜਿਵੇਂ 500-400 ਦੀ ਭਾਣ ਪਈ ਸੀਗੀ ਅਤੇ ਹੋਰ 1000-1500 ਕੈਸ਼ ਪਿਆ ਸੀ, ਇਹ ਚੋਰੀ ਕੀਤਾ ਗਿਆ ਸਾਡੀ 'ਚੋਂ। ਇੱਕ ਸਾਡਾ ਕੈਮਰੇ ਵਾਲਾ DVR, ਜਿਹੜੇ ਕੈਮਰੇ CCTV ਕੈਮਰੇ ਲੱਗੇ ਸੀ, DVR ਚੋਰੀ ਕੀਤਾ ਗਿਆ। ਤੁਹਾਨੂੰ ਕੀ ਲੱਗਦਾ ਕਿ ਇਹ ਚੋਰੀ ਬਾਹਰਲੇ ਬੰਦੇ ਨੇ ਕੀਤੀ ਹੈ ਜਾਂ ਕੋਈ ਭੇਤੀ ਬੰਦੇ ਦਾ ਕੰਮ? ਨਹੀਂ, ਸਾਨੂੰ ਕੋਈ ਆਈਡੀਆ ਨਹੀਂ ਇਹਦੇ ਬਾਰੇ। ਤੁਹਾਨੂੰ ਕਿਸੇ ਦੇ ਸ਼ੱਕ? ਨਹੀਂ, ਕੋਈ ਸ਼ੱਕ ਨਹੀਂ। ਪੁਲਿਸ ਕਾਰਵਾਈ ਕੀ ਕਰ ਰਹੀ ਹੈ? ਪੁਲਿਸ ਇਸ ਬਾਰੇ ਤਫਤੀਸ਼ ਕਰ ਰਹੀ ਹੈ ਵੀ ਕਿਹਨੇ ਚੋਰੀ ਕੀਤੀ ਜਾਂ ਕੀ ਕੇਸ ਆ। ਤੁਹਾਨੂੰ ਜਿਹੜਾ ਇਹ ਪਤਾ ਲੱਗਿਆ ਸੀ ਕਿੰਨੇ ਵਜੇ? ਸਾਨੂੰ ਸੁਬਹਾ ਲੱਗਿਆ ਸੀ 4:15, 4:15 ਨੀਅਰ ਅਬਾਊਟ। ਕਿਹਨੇ ਦੱਸਿਆ? ਸਾਡਾ ਉਹੀ ਬੰਦਾ ਜਿਹੜਾ ਉਹਨਾਂ ਜਾਣ ਤੋਂ ਬਾਅਦ ਸਾਡੇ ਕੋਲ ਫੈਕਟਰੀ ਆਇਆ ਸੀ, ਫੈਕਟਰੀ 'ਚੋਂ ਉਹਨਾਂ ਚੋਰਾਂ ਦੇ ਨਿਕਲਣ ਤੋਂ ਬਾਅਦ ਸਾਡੇ ਕੋਲ ਘਰੇ ਆਇਆ ਉਹ ਬੰਦਾ, ਉਹਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਆਹ ਗੱਲਬਾਤ ਹੋ ਗਈ ਭਾਅ ਜੀ ਫੈਕਟਰੀ 'ਚ। ਬਲਰਾਜ ਸਿੰਘ ਹੈ ਜੀ। ਇੱਥੇ ਜੀ ਤੜਕੇ ਸੁਬਹਾ 3:00 ਸਾਡਾ ਚੌਂਕੀਦਾਰ ਦੱਸਦਾ ਜੀ, ਇੱਥੇ ਚੌਂਕੀਦਾਰ ਰਹਿੰਦਾ ਸਾਡਾ, ਵੀ ਬੰਦੇ ਆਏ 4-5 ਕੰਧ ਟੱਪ ਗਏ ਅਤੇ ਇੱਥੇ ਆ ਗਏ ਅਤੇ ਉਹਨੂੰ ਦਬਕੇ ਮਾਰੇ ਅਤੇ ਉਹਨੇ ਬਾਹਰ ਲਾ ਲਿਆ ਅਤੇ ਅੰਦਰ ਹੀ ਬਹਿ ਗਿਆ ਡਰਦਾ, ਅਤੇ ਉਦੋਂ ਬਾਅਦ ਆਏ ਇੱਥੇ ਭੰਨ ਤੋੜ ਕੀਤੀ ਆ, ਸਾਰਾ ਸੀਸਾ ਭੰਨਿਆ, ਭੰਨ ਕੇ ਅੰਦਰ ਗੱਲੇ 'ਚੋਂ ਪੈਸੇ ਸੀਗੇ ਭਾਣ ਅਤੇ ਹੋਰ ਐਰਾ ਵਗੈਰਾ ਪਏ ਸੀ, ਜਿਹੜਾ ਕੈਮਰੇ ਵਾਲਾ ਸਿਸਟਮ ਸੀ ਉਹ ਵੀ ਲੈ ਗਏ ਸਾਰਾ ਚੱਕ ਕੇ। ਕਿੰਨੇ ਕੁ ਵਜੇ ਦੀ ਘਟਨਾ ਜੀ ਇਹ? 3:00 ਦੇ ਕਰੀਬ ਹੈ ਜੀ ਸੁਬਹਾ। ਕੀ ਨੁਕਸਾਨ ਹੋਇਆ ਜੀ? ਨੁਕਸਾਨ ਜੀ ਆ ਦੇਖੋ, ਸਾਰਾ ਭੰਨ ਤੋੜ ਕਰ ਗਏ ਇੱਥੇ ਅਤੇ ਜੋ ਪੈਸੇ ਪਏ ਸੀ 2-3 ਹਜ਼ਾਰ ਰੁਪਈਆ ਸਾਡਾ ਉਹ ਲੈ ਗਏ ਆ ਅਤੇ ਆਹ ਕਰ ਗਏ। ਪੁਲਿਸ ਆਏ ਸੁਬਹਾ ਦਾ, SHO ਸਾਹਿਬ ਵੀ ਆਏ, DSP ਸਾਹਿਬ ਵੀ ਆਏ ਆ। ਹਾਂਜੀ, ਉਹ ਤਫਤੀਸ਼ ਕਰ ਰਹੇ ਆ ਜੀ। ਇਹ ਤੜਕੇ ਸਾਨੂੰ 9:00 ਪਤਾ ਲੱਗਿਆ ਸੀਗਾ, ਉਹਨਾਂ ਦੇ ਇੱਕ ਫੋਨ ਆਇਆ ਸੀ ਪਵਨ ਕੁਮਾਰ ਦਾ ਕਿ ਉੱਥੇ ਚੋਰੀ ਹੋ ਗਈ ਆ, ਫੈਕਟਰੀ ਦੇ ਫੀਡ ਫੈਕਟਰੀ ਆ, ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਉਹਦੇ ਚੌਂਕੀਦਾਰ ਨੂੰ ਬੁਲਾਇਆ, ਜੋ ਗੱਲ ਸਾਹਮਣੇ ਆਊਗੀ ਬਾਅਦ 'ਚ ਕਲੀਅਰ ਕਰਾਂਗੇ। ਮਾਲਕ ਦਾ ਤਾਂ ਇਹੀ ਹੈ ਵੀ ਮਾਲਕ ਆਪਣੇ ਘਰ 'ਚ ਆ ਜਾਂਦੇ ਆ, ਉੱਥੇ ਚੌਂਕੀਦਾਰ ਪੈਂਦਾ ਅਤੇ ਚੌਂਕੀਦਾਰ ਤੋਂ ਅਸੀਂ ਪੁੱਛਗਿੱਛ ਕਰ ਰਹੇ ਹਾਂ ਵੀ ਵਾਕਈ ਇਹ ਸ਼ੀਸ਼ੇ ਫੁੱਟੇ ਆ, ਚੋਰੀ ਕੋਈ ਖਾਸ ਉੱਥੇ ਹੋਈ ਨਹੀਂ। ਇਸ ਤਰ੍ਹਾਂ ਦੀ ਚੌਂਕੀਦਾਰ ਨਾਲ ਗੱਲ ਹੋਈ ਆ, ਇਨਵੈਸਟੀਗੇਸ਼ਨ ਕਰ ਰਿਹਾ, ਕਿਸੇ ਤਰ੍ਹਾਂ ਦਾ ਕੋਈ ਪਟਾਕਾ ਨਹੀਂ, ਕੋਈ ਫਾਇਰ ਨਹੀਂ, ਕੋਈ ਇਹੋ ਜਿਹੀ ਗੱਲ ਕੋਈ ਬਾਤ। ਉਹਨਾਂ ਦੇ ਦੱਸਣ ਮੁਤਾਬਕ 200 ਰੁਪਏ ਦੀ ਭਾਣ ਆ ਕੋਈ,
ਤੇ ਇੱਕ ਡੀਵੀਆਰ ਦੱਸਦੇ ਸਾਡਾ ਚੋਰੀ ਹੋਇਆ, ਹੋਰ ਕੋਈ ਐਡੀ ਨਹੀਂ ਕੋਈ ਚੋਰੀ। ਸਰ ਸ਼ਹਿਰ ਦੇ ਵਿੱਚ ਪਹਿਲਾਂ ਵੀ ਕਾਫੀ ਚੋਰੀਆਂ ਹੋ ਚੁੱਕੀਆਂ ਤੇ ਉਹਨਾਂ ਦੇ ਸੰਬੰਧ ਚ ਤੁਸੀਂ ਕੀ ਕੀ ਇਨਵੈਸਟੀਗੇਸ਼ਨ ਕਰ ਰਹੇ ਹੋ? ਅਸੀਂ ਚੋਰੀਆਂ ਜਿਹੜੀਆਂ ਚੋਰੀ ਹੋਣੀ ਵੇਖੋ ਵੱਖਰੀ ਗੱਲ ਹੈ, ਉਹਨੂੰ ਟਰੇਸ ਕਰਨ ਦੇ ਸਾਡੀ ਜਿਹੜੀ ਆ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਹਾਂ। ਇਦੋਂ ਪਹਿਲਾਂ ਅਸੀਂ ਚੋਰੀਆਂ ਟਰੇਸ ਵੀ ਕਰਤੀਆਂ, ਜੋ ਚੋਰੀ ਦਾ ਮਾਲ ਅਸੀਂ ਟਰੇਸ ਕਰਕੇ ਲੋਕਾਂ ਦੇ ਜਿਹੜਾ ਇੱਥੇ ਪਹੁੰਚਾਇਆ, ਹੁਣ ਵੀ ਸਾਡੀ ਪੂਰੀ ਕੋਸ਼ਿਸ਼ ਆਈ ਚੋਰੀ ਟਰੇਸ ਕਰਾਂਗੇ। ਸਰ ਜੋ ਇਹ ਚੋਰੀਆਂ ਹੋ ਰਹੀਆਂ, ਇਹਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਕੀ ਕਦਮ ਚੁੱਕੇ ਜਾ ਰਹੇ? ਵੱਧ ਤੋਂ ਵੱਧ ਟੀਮਾਂ ਬਣਾ ਕੇ ਸ਼ਹਿਰ ਦੇ ਵਿੱਚ ਗਸ਼ਤ ਵਧਾਈ ਜਾ ਰਹੀ ਹੈ, ਅਤੇ ਸਿਵਲ ਕੱਪੜੇ ਦੇ ਵਿੱਚ ਵੀ ਮੁਲਾਜ਼ਮ ਲਾਏ ਆ, ਵੱਧ ਤੋਂ ਵੱਧ ਕੰਟਰੋਲ ਕਰ ਰਹੇ ਹਾਂ। ਬਾਘਾ ਪੁਰਾਣਾ ਤੋਂ ਬਿਊਰੋ ਰਿਪੋਰਟ।